शुरू हम ये भी सुने बाकी जी दस रहा जरा सुन के पुत्रा की गल प्यो नू अग लगी रो रो पिट दुआथना मारदा ए पुत्र जिन्ना लई मैं जुल्म कीते हक लुट लुट खादा भैन पाई यार दाए ए पुत्र जिन्ना लई मैं जुल्म कीते हक लुट लुट खादा भैन पाई यार दाए नहीं सी धीआं नू कदी मैं ईद दित्ती पुत्रां दे वास्ते नहीं सी धीआं नू कदी मैं ईद दित्ती लिया पता ना तंग रिश्तेदार दाए खादे हक यतीमां गुआंढियां दे दिन भुल के हशर बाजार दाए वेखो पुत्रां लई की कुछ बुढ़े ने कीता रहा हक दवा ना किसे शै उते बाबा आंदा रहा हक दवा ना किसे शै उते वेख रांगे मौला किरदगार दाए भुखा नंगा बीमार मजबूर बुढ़ा धारे थले पिया एक दिन सुधार दाए धारे विच ही मर गया बेचारा गई वो घरों घर छड़िया प्यो प्यो मर गए दा पुत्र नू पता ही नहीं मियां साहब प्यो मर गया दे पुत्र नू पता ही नहीं वो अपने पिया काम सवारदा है किसे दस्या मर गया बाप तेरा सुन के झूठियां ढाई मारदा है सुन के झूठियां ढाई मारदा है एवें नक सुनक सुनक कंधा नाल पूंजे एवें नक सुनक सुनक कंधा नाल पूंजे पिया ठोके सुमके मारदा है बिना ठुडियां डिगे खा ठुडा लोकां चारी ओ रो रो पकारदा है लोकां नू खाण वास्ते झूठा झूठा रोना आप क्या मौवी छेती गुसल इनू दियो आप जाके आप क्या जाके मौवी छेती गुसल दियो इनू पेट फट ना जाए बीमार दाए अंदर सारे सालियां पे पीन चावा नाले खाना वधिया मजेदार दाए हां जी प्यो तो ओदा मर गया सी हां जी अड्डी नवां दी जमीन ते नहीं लगदी मियां साहब हां जी अड्डी नवां दी जमीन ते नहीं लगदी चा जिन्ना नु हार श्रृंगार दाए ਚੰਗਾ ਹੋਇਆ ਬੁੱਢਾ ਲੱਥਾ ਮਗਰੋਂ ਐਵੇਂ ਸਾਨੂੰ ਰਹਿੰਦਾ ਸੀ ਤਾੜਦਾ ਏ ਚੰਗਾ ਹੋਇਆ ਬੁੱਢਾ ਸੀ ਲੱਥਾ ਮਗਰੋਂ ਐਵੇਂ ਸਾਨੂੰ ਰਹਿੰਦਾ ਸੀ ਤਾੜਦਾ ਏ ਵਿਹੜਾ ਖੁੱਲਾ ਹੋਇਆ ਜਦੋਂ ਬੁੱਢਾ ਮੋਇਆ ਵਿਹੜਾ ਖੁੱਲਾ ਹੋਇਆ ਜਦੋਂ ਬੁੱਢਾ ਮੋਇਆ ਵਿਹੜਾ ਖੁੱਲਾ ਹੋਇਆ ਜਦੋਂ ਬੁੱਢਾ ਮੋਇਆ ਡਰ ਰਹਿ ਗਿਆ ਨਾ ਅਗਿਆਰ ਦਾ ਏ ਸਵਾਂ ਬਵਾਂ ਗਿਆ ਆਪਣੀ ਨਾਲ ਮਰਦੀ ਦਿੰਦਾ ਹੁਕਮ ਸੀ ਜ਼ਿਕਰ ਅਜ਼ਕਾਰ ਦਾ ਏ ਜ਼ਿਕਰ ਜ਼ਕਾਰ ਦਾ ਨਮਾਜ਼ ਪੜੋ ਉੱਠ ਕੇ ਆਦਾ ਸੀ ਵਿਹੜਾ ਖੁੱਲਾ ਹੋਇਆ ਜਦੋਂ ਬੁੱਢਾ ਮੋਇਆ ਵਿਹੜਾ ਖੁੱਲਾ ਹੋਇਆ ਜਦੋਂ ਬੁੱਢਾ ਮੋਇਆ ਡਰ ਰਹਿ ਗਿਆ ਨਾ ਆ ਗਿਆ ਅਰਦਾ ਏ ਸਵਾਂ ਬਵਾਂਗੇ ਆਪਣੀ ਨਾਲ ਮਰਜ਼ੀ ਦਿੰਦਾ ਹੁਕਮ ਸੀ ਜ਼ਿਕਰ ਜ਼ਕਾਰ ਦਾ ਏ ਜਿਹਦਾ ਮਰਦਾ ਏ ਉਹ ਹੀ ਵੈਣ ਕਰਦਾ ਏ ਮੀਆਂ ਸਾਹਿਬ ਜਿਹਦਾ ਮਰਦਾ ਏ ਉਹ ਹੀ ਵੈਣ ਕਰਦਾ ਏ ਕਦੀ ਗੈਰ ਨੂੰ ਰੋਣ ਨਾ ਆ ਜਾਏ ਜਿਹੜੇ ਜਿਹੜੇ ਮੂੰਹੋਂ ਕਦੀ ਨੀ ਸੀ ਸੀ ਕਰਦੇ ਸੀ ਅੱਜ ਉਹਨਾਂ ਵੀ ਮੂੰਹ ਬਣਾਇਆ ਏ ਹਾਂਜੀ ਜਿਹੜੇ ਮੂੰਹੋਂ ਕਦੀ ਨੀ ਸੀ ਸੀ ਕਰਦੇ ਅੱਜ ਉਹਨਾਂ ਵੀ ਮੂੰਹ ਬਣਾਇਆ ਅਸ਼ਰਫ ਬਾਬੇ ਦੀ ਕਬਰ ਤਿਆਰ ਹੋ ਗਈ ਅਸ਼ਰਫ ਬਾਬੇ ਦੀ ਕਬਰ ਤਿਆਰ ਹੋ ਗਈ ਚਿੱਟੇ ਲੱਠੇ ਦਾ ਕਫਨ ਸਵਾਇਆ ਏ ਅਸ਼ਰਫ ਬਾਬੇ ਦੀ ਕਬਰ ਤਿਆਰ ਹੋ ਗਈ ਚਿੱਠੇ ਲੱਠੇ ਦਾ ਕਫਨ ਸਵਾਇਆ ਏ ਦਿਲ ਟੁਕੜੇ ਟੁਕੜੇ ਹੋ ਗਿਆ ਉਦੋਂ ਜਦੋਂ ਧੀਆਂ ਨੇ ਕਰਾਬ ਕਰਪਾਇਆ ਏ ਦਿਲ ਹਾਂਜੀ ਧੀਆਂ ਤੇ ਰੋਣਾ ਹੀ ਸੀ ਧੀਆਂ ਨੇ ਰੋਣਾ ਹੀ ਸੀ ਦਿਲ ਟੁਕੜੇ ਟੁਕੜੇ ਹੋ ਗਿਆ ਉਦੋਂ ਜਦੋਂ ਧੀਆਂ ਨੇ ਕੁਰਲਾਪ ਕੁਰਲਾਇਆ ਏ ਧੀਆਂ ਰੋਣ ਬਾਪ ਨੂੰ ਮਾਰ ਜੱਫੇ ਧੀਆਂ ਰੋਣ ਬਾਪ ਨੂੰ ਮਾਰ ਜੱਫੇ ਸੁਣ ਵਾਲਿਆਂ ਖੂਨ ਵਗਾਇਆ ਏ ਹੋਇਆ ਧੀਆਂ ਲਈ ਬਾਪ ਦਾ ਬੰਦ ਬੂਹਾ ਮੀਆਂ ਸਾਹਿਬ ਹੋਇਆ ਧੀਆਂ ਲਈ ਬਾਪ ਦਾ ਬੰਦ ਬੂਹਾ ਜਿਸੇ ਸਾਰਾ ਜੱਗ ਪਰਾਇਆ ਏ ਛੇਤੀ ਨਾਲ ਬਾਪ ਦੀ ਚੁੱਕ ਮੰਜੀ ਪੁੱਤਰ ਨੇ ਛੇਤੀ ਨਾਲ ਬਾਪ ਦੀ ਚੁੱਕ ਮੰਜੀ ਗੁਸਲ ਦੇ ਕੇ ਜਾ ਦਫਨਾਇਆ ਏ ਉਹਦੇ ਨਾਂ ਦੀ ਨਹੀਂ ਖਰਾਇਤ ਕੀਤੀ ਨਾ ਹੀ ਕਿਸੇ ਕੁਰਾਨ ਪੜਾਇਆ ਏ ਦੁਬਾਰਾ ਬਈ ਆਖਰੀ ਜਿਹੜਾ ਛੇਤੀ ਨਾਲ ਬਾਪ ਦੀ ਚੁੱਕ ਮੰਜੀ ਗੁਸਲ ਦੇ ਕੇ ਜਾ ਦਫਨਾਇਆ ਏ ਉਹਦੇ ਨਾਂ ਦੀ ਨਹੀਂ ਖਰਾਇਤ ਕੀਤੀ ਨਾ ਹੀ ਕਿਸੇ ਕੁਰਾਨ ਪੜਾਇਆ ਏ ਵਾਹ ਜੀ ਇੰਜ ਹੀ ਹੁੰਦਾ ਜੀ ਲਓ ਜੀ ਇਹ ਤੁਹਾਡਾ ਆਪਣਾ ਚੈਨਲ ਹੈ ਮੇਰਾ ਪਿੰਡ ਬੱਬਰ ਇਹਨੂੰ ਸਬਸਕ੍ਰਾਈਬ ਵੀ ਕਰੋ ਤੇ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਨਵੀਆਂ ਨਵੇਂ ਜਨਾਬ ਸ਼ੇਰੋ ਸ਼ਾਇਰੀ ਸੁਣਨ ਵਾਸਤੇ ਸੱਚੇ ਕਲਾਮ ਸੁਣਨ ਵਾਸਤੇ ਤੇ ਜਨਾਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਕਰੋ ਤੇ ਸਾਡੇ ਨਾਲ ਜਨਾਬ ਹੋਰ ਨਵੀਆਂ ਵੀਡੀਓ ਵੇਖਣ ਵਾਸਤੇ ਹਾਜ਼ਰ ਹੋ ਇਨਸ਼ਾਅੱਲਾ ਹਾਜ਼ਰ ਹੋਵਾਂਗੇ ਦੁਬਾਰਾ ਤੇ ਹੁਣ ਜਨਾਬ ਇਜਾਜ਼ਤ ਦਿਓ ਮਿਹਰਬਾਨੀ।